ਰੋ ਰੋ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਉਹ ਬੇਵਸ ਮਾਂ ਆ ਜਿਸ ਤੇ 12 ਸਾਲਾਂ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ, ਜੋ ਕਿ ਜਾਮੁਨ ਤੋੜਨ ਦੇ ਲਈ ਦਰਖਤ ਤੇ ਚੜਿਆ ਤੇ ਦਰਖਤ ਤੋਂ ਹੇਠਾਂ ਡਿੱਗਿਆ। ਜ਼ਮੀਨ ਤੇ ਡਿੱਗਦਿਆਂ ਹੀ ਬੱਚਾ ਬੇਸੁੱਧ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸਦੀ ਹਾਲਤ ਨਾਜ਼ੁਕ ਦੱਸੀ ਤੇ ਇਲਾਜ ਦੌਰਾਨ ਹੀ ਬੱਚੇ ਨੇ ਦਮ ਤੋੜ ਦਿੱਤਾ। ਇਹ ਮਾਮਲਾ ਖੰਨਾ ਦੇ ਲਲਹੇੜੀ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ 12 ਸਾਲਾਂ ਦਾ ਆਨੰਦ ਕੁਮਾਰ, ਜੋ ਕਿ ਜਾਮੁਨ ਦੇ ਦਰਖਤ ਤੇ ਚੜਿਆ ਜਾਮੁਨ ਤੋੜ ਰਿਹਾ ਸੀ ਤਾਂ ਅਚਾਨਕ ਪੈਰ ਫਿਸਲਿਆ ਤੇ ਦਰਖਤ ਤੋਂ ਹੇਠਾਂ ਡਿੱਗਿਆ। ਇਸ ਦਰਖਤ ਦੀ ਉਚਾਈ 30 ਫੁੱਟ ਦੇ ਕਰੀਬ ਦੱਸੀ ਜਾ ਰਹੀ ਹੈ, ਜਿੱਥੋਂ ਇਹ ਬੱਚਾ ਹੇਠਾਂ ਜ਼ਮੀਨ ਤੇ ਡਿੱਗਿਆ। ਡਿੱਗਦਿਆਂ ਹੀ ਸਿਰ 'ਚ ਸੱਟ ਲੱਗੀ, ਖੂਨ ਨਾਲ ਲੱਥਪੱਥ ਬੱਚੇ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਕੁਝ ਹੀ ਦੇਰ ਬਾਅਦ ਇਸ ਬੱਚੇ ਨੇ ਦਮ ਤੋੜ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸਦੀ ਹਾਲਤ ਬੇਹੱਦ ਨਾਜ਼ੁਕ ਸੀ, ਜਿਸ ਕਰਕੇ ਉਸਨੂੰ ਬਚਾ ਨਹੀਂ ਸਕੇ। ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਪਰਿਵਾਰ ਵੀ ਤਾਹਾ ਮਾਰ ਮਾਰ ਰੋ ਰਿਹਾ ਹੈ। ਮਾਂ ਆਪਣੇ ਬੱਚੇ ਨੂੰ ਰੋਂਦੀ ਹੋਈ ਆਵਾਜ਼ਾਂ ਮਾਰ ਰਹੀ ਹੈ ਕਿ ਕੋਈ ਤਾਂ ਉਸਨੂੰ ਉਸਦੇ ਬੱਚੇ ਨਾਲ ਮਿਲਾ ਦੇ, ਕੋਈ ਉਸਦਾ ਬੱਚਾ ਉਸਨੂੰ ਵਾਪਸ ਲਿਆ ਦੇ। ਇੱਥੇ ਪਰਿਵਾਰ ਦਾ ਕਹਿਣਾ ਹੈ ਕਿ ਬੱਚਾ ਜਦੋਂ ਘਰ ਆਇਆ ਸਕੂਲ ਤੋਂ ਤਾਂ ਕੱਪੜੇ ਬਦਲ ਕੇ ਉਸ ਤੋਂ ਬਾਅਦ ਖੇਡਣ ਲਈ ਚਲਾ ਗਿਆ। ਬੱਚਾ ਬਿਨਾਂ ਦੱਸੇ ਹੀ ਜਾਮੁਨ ਦੇ ਦਰਖਤ ਤੇ ਚੜ ਗਿਆ ਜਾਮੁਨ ਤੋੜਨ ਦੇ ਲਈ, ਤੇ ਮਾਪਿਆਂ ਨੂੰ ਉਦੋਂ ਪਤਾ ਲੱਗਿਆ ਜਦੋਂ ਗਲੀ ਦੇ ਵਿੱਚ ਰੌਲਾ ਪਿਆ ਕਿ ਬੱਚਾ ਡਿੱਗ ਗਿਆ, ਬੱਚਾ ਡਿੱਗ ਗਿਆ। ਜਿਵੇਂ ਹੀ ਮਾਪੇ ਬਾਹਰ ਆਏ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਬੱਚੇ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਇਸ ਮਾਸੂਮ ਬੱਚੇ ਨੇ ਦਮ ਤੋੜ ਦਿੱਤਾ। ਹਾਲਾਂਕਿ ਇੱਥੇ ਜ਼ਰੂਰਤ ਹੈ ਕਿ ਮਾਪਿਆਂ ਨੂੰ ਇਹ ਧਿਆਨ ਰੱਖਣ ਕਿ ਆਖਿਰ ਉਹਨਾਂ ਦੇ ਬੱਚੇ ਕਿੱਥੇ ਜਾ ਰਹੇ ਨੇ। ਦਰਖਤ ਤੇ ਚੜ੍ਹਨਾ ਖਤਰਨਾਕ ਹੋ ਸਕਦਾ ਆ, ਜਾਨ ਤੱਕ ਜਾ ਸਕਦੀ ਹੈ, ਜਿਵੇਂ ਇਸ ਮਾਸੂਮ ਬੱਚੇ ਦੀ ਵੀ ਚਲੀ ਗਈ ਹੈ। ਸੋ ਇੱਥੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਹੁਣ ਇਸ ਆਨੰਦ ਕੁਮਾਰ, ਜਿਸ ਦੀ ਉਮਰ 12 ਸਾਲ ਸੀ, ਜਾਮੁਨ ਤੋੜ ਰਿਹਾ ਸੀ, ਬੜੇ ਚਾਵਾਂ ਦੇ ਨਾਲ ਜਾਮੁਨ ਤੋੜ ਕੇ ਇਸਨੇ ਖਾਣੇ ਸੀ, ਪਰ ਉਸ ਤੋਂ ਪਹਿਲਾਂ ਹੀ ਇਸਦਾ ਪੈਰ ਫਿਸਲ ਗਿਆ ਤੇ ਜ਼ਮੀਨ ਤੇ ਡਿੱਗਣ ਦੇ ਨਾਲ ਹੀ ਇਸਦੀ ਮੌਤ ਹੋ ਗਈ। ਹੁਣ ਪਰਿਵਾਰ ਰੋ ਰੋ ਬੇਹਾਲ ਹੋ ਗਿਆ ਹੈ ਤੇ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਿਹਾ ਹੈ। ਆਮ ਕੇ ਕਪੜੇ ਬਦਲ ਲੋ, ਆਮ ਕੇ ਫਿਰ ਘਰੇ ਰਹੇਗਾ, ਘਰੇ ਰਹੇਗਾ, ਪਤਾ ਨਹੀਂ ਹਮ ਘਰੇ ਆ, ਉਹ ਚਲੇ ਗਿਆ। ਬਸ ਬੱਚੇ ਕਾ ਬੋਲ ਅਨੰਤ ਕੁਮਾਰ ਸਿੰਘ, ਅਨੰਤ ਕੁਮਾਰ ਹੈ। ਆਪਕਾ ਕੀ ਲੱਗਦਾ ਸਰ? ਮਤਲਬ ਮੇਰੇ ਨਾਤੀ ਲੱਗਦਾ ਹੈ। ਕਿੰਨੀ ਉਮਰ ਦੇ ਬੱਚੇ ਕੀ? 12 ਸਾਲ। 12 ਸਾਲ ਹੋ ਗਏ ਜੀ। ਖੰਨਾ ਮੇ ਕਾਮ ਪਰ ਰਹਤੀ ਹੈ? ਹਾਂ ਜੀ, ਖੰਨਾ ਆਪਣਾ ਹੱਡਾ ਰੋਣੀ ਕੇ ਸਾਹਮਣੇ ਰਹਤੀ ਹੈ। ਹੁਆ ਕੈਸੇ ਹਾਦਸਾ ਕੁਛ ਪਤਾ ਹੈ? ਹਾਂ ਜੀ, ਕੈਸੇ ਹੁਆ ਹਾਦਸਾ? ਹਾਂ, ਜਾਮੁਨ ਤੋਂ ਰਾਤ ਚੱਲ ਗਿਆ। ਅਕੇਲੇ ਦਾ ਹੋਰ ਅਕੇਲੇ ਆ ਵੀ ਨੇ ਕਹੇਗੀ ਬਾਬਾ ਜਾ ਕੇ ਲੇ ਕਾਮ ਪਰ। ਹਾਂ, ਇਹ ਨਹੀਂ ਪਤਾ ਹਮਕੋ। ਅਪਰੋਕਸੀਮੇਟਲੀ ਹਾਈਟ ਹੋਏਗੀ ਉਸਦੀ 25 ਤੋਂ 30 ਫੁੱਟ ਦੱਸ ਰਹੇ ਆ ਅਕੋਰਡਿੰਗ ਟੂ ਪੇਰੈਂਟਸ। ਸਾਡੇ ਕੋਲ ਬੱਚਾ ਨਾਜ਼ੁਕ ਹਾਲਤ ਵਿੱਚ ਹੀ ਆਇਆ ਸੀਗਾ ਜਦੋਂ ਬੱਚੇ ਨੂੰ ਲੈ ਕੇ ਆਏ ਉਹਦੇ ਮਾਂ ਪਿਓ। ਬੱਚਾ ਉਸ ਟਾਈਮ ਗੈਸਪਿੰਗ ਸਟੇਟ ਵਿੱਚ ਸੀਗਾ, ਅਨਕੌਂਸ਼ੀਅਸ ਸੀਗਾ ਬੱਚਾ। ਉਸਕੇ ਜੋ ਪਿਊਪਲ ਸੀ ਬਿਲਕੁਲ ਫਿਕਸ ਥੇ, ਨਾਟ ਰਿਐਕਟਿੰਗ ਟੂ ਲਾਈਟ ਥੀ, ਅਨਕੌਂਸ਼ੀਅਸ ਸਟੇਟ ਮੇਂ ਆਇਆ ਸੀ ਬੱਚਾ। ਬੱਚੇ ਦਾ ਨਾਮ ਅਨੰਤ ਕੁਮਾਰ ਹੈਗਾ, 12 ਸਾਲ ਦੀ ਉਮਰ ਹੈ ਬੱਚੇ ਦੀ, ਰਹਿਣ ਵਾਲੇ ਲਲਹੇੜੀ ਰੋਡ ਖੰਨਾ ਦੇ ਹੈ ਬੱਚਾ।